खबर सामने आई है पंजाब के दीनानगर से, जहां पर मोहल्ला भीमसेन कोठे में अपने घर की छत पर चढ़कर सब्जी की बेल सीधी कर रही एक महिला को अचानक करंट लग गया। जहां आपको बता दें जिस दौरान उसकी बेटी भी गंभीर रूप से झुलस गई। दरअसल जानकारी के मुताबिक आपको बता दें उनके घर के नजदीक से 11 KV बिजली की लाइन गुजर रही थी और उन्होंने अपने कमरे की छत की और सब्जी की बेल लगा रखी थी कि तभी अचानक एक वृद्ध महिला ने लोहे की रॉड ली और उस बेल को सीधा कर दिया। अचानक ये लोहे की रॉड पास से गुजर रहे बिजली के तारों के संपर्क में आ गई, जिससे वह गंभीर रूप से करंट की चपेट में आ गई। और जब पास में खड़ी उसकी बेटी ने उसे छुड़वाने की कोशिश की तो वह भी करंट की चपेट में आ गई, जिससे दोनों माँ बेटी के शरीर में करंट आ गया और शरीर का कुछ हिस्सा जल जाने की वजह से दोनों गंभीर रूप से घायल हो गई, जिन्हें तुरंत लोगों ने अस्पताल में पहुंचाया इलाज के लिए। आप भी डालिए इस पूरे मामले पर एक नजर। ਮੇਰੀ ਲਾਗੇ ਨਹਿਰੀ ਸ਼ੋਰ ਹੈਗੀ ਆ, ਮੈਂ ਵੇਖਣ ਦੇ ਜਦੋਂ ਮੈਂ ਅੰਦਰੋਂ ਨਿਕਲਿਆ ਕਾਫੀ ਇੱਥੇ ਚੀਕੋ ਝਾੜਾ ਪਿਆ ਸੀ। ਦੇਖਣ 'ਤੇ ਪਤਾ ਲੱਗਿਆ ਵੀ ਉੱਪਰ ਹੈ ਨਾ ਜਿਹੜੀਆਂ ਇੱਕ ਬਜ਼ੁਰਗ ਮਾਤਾ ਹੈ ਅਤੇ ਉਹਦੀ ਜਿਹੜੀ ਬੇਟੀ ਆ ਉਹ ਤਾਰਾਂ ਨਾਲ ਟੱਚ ਹੋ ਚੁੱਕੀ ਹੈ। ਇੱਕ ਲੋਹੇ ਦੀ ਰਾਡ ਸੀ ਉਹਨਾਂ ਦੇ ਹੱਥ ਵਿੱਚ, ਉਹ ਟੱਚ ਸੀ ਅਤੇ ਉਹਦੇ ਕਾਰਨ ਉਹ ਕਾਫੀ ਹੱਦ ਤੱਕ ਜਲ ਚੁੱਕੇ ਹੈ। ਜਾਣ 'ਤੇ ਤਕਰੀਬਨ ਵੈਸੇ ਸਾਡੇ ਜਾਣ ਜਦੋਂ ਤੱਕ ਅਸੀਂ ਪੁੱਛਿਆ ਬਿਜਲੀ ਉਹਨੂੰ ਛੱਡ ਚੁੱਕੀ ਹੈ, ਉਹਨਾਂ ਨੂੰ ਛੱਡ ਅਤੇ ਸਰ ਕੁਛ ਹੱਦ ਤੱਕ ਸਾਡੀ ਆਪਣੀ ਵੀ ਲਾਪਰਵਾਹੀ ਹੈ, ਕੁਛ ਹੱਦ ਤੱਕ ਬਿਜਲੀ ਮਹਿਕਮੇ ਦੀ ਵੀ ਲਾਪਰਵਾਹੀ ਹੈਗੀ ਹੈ। ਘਰ ਦਾ ਜਿਹੜਾ ਨਾ ਡਿਸਟੈਂਸ ਬਹੁਤ ਜ਼ਿਆਦਾ ਤਾਰਾਂ ਦੇ ਨਜ਼ਦੀਕ ਹੈਗਾ, ਜਦ ਦੇਖਿਆ ਜਾਏ ਕਿ ਪਿਛਲੇ ਘਰ ਕਾਫੀ ਪਿੱਛੇ ਹੈਗੇ। ਓਕੇ, ਬਿਲਕੁਲ ਨਾਲ ਹੀ ਤਾਰਾਂ ਕਹਿ ਤਕਰੀਬਨ 20 ਤੋਂ 25 ਮਿੰਟ ਹੋ ਗਿਆ ਹਜੇ ਤੱਕ ਤਾਂ ਬਿਜਲੀ। ਇੱਕ ਮਾੜਾ ਜਿਹੜੀ ਉਹ ਥੋੜ੍ਹੀ ਠੀਕ ਸੀਗੀ, ਉਹਨਾਂ ਨੂੰ ਪ੍ਰਾਈਵੇਟ ਗੱਡੀ ਦੇ ਵਿੱਚ ਪਾ ਕੇ ਹੋਸਪਿਟਲ ਪਹੁੰਚਾਇਆ ਗਿਆ। ਐਂਬੂਲੈਂਸ ਦਾ ਵੇਟ ਕਰ ਰਹੇ ਹਾਂ, ਜਿਹੜੀ ਗੁੜੀਆ ਥੋੜ੍ਹੀ ਸੀਰੀਅਸ ਹੈਗੀ ਆ ਉਹਨੂੰ 108 ਦੇ ਵਿੱਚ ਜੇਲ੍ਹ ਲੈ ਕੇ ਜਾ ਸਕਦਾ ਉਹਦੀ ਹਾਲਾਤ ਦੇਖੋ। ਦੁਕਾਨ ਤੇ ਲੱਗੇ ਦਾ ਇਹ ਕੰਮ ਆ, ਉਦੋਂ ਸਾਹਮਣੇ ਕਰਿਆਨੇ ਵਾਲੇ ਨੇ ਮੈਨੂੰ ਆਵਾਜ਼ ਮਾਰੀ ਤਾਂ ਕਹਿੰਦਾ ਵੀ ਯਾਰ ਏਦਾਂ ਏਦਾਂ ਧੂੰਆਂ ਨਿਕਲਿਆ ਤਾਂ ਬੁੱਢੀ ਨੂੰ ਕਰੰਟ ਲੱਗ ਗਿਆ, ਤੇ ਮੈਂ ਗਿਆ ਤੇ ਮੈਂ ਦੇਖੀ, ਮੈਂ ਜਾਂ ਕੋਈ ਡਾਂਗ ਡੂੰਗ ਫਾੜ ਇਹਨਾਂ ਨੂੰ ਛਡਾਈਏ, ਤੇ ਡਾਂਗ ਤਾਂ ਕੋਈ ਲੱਭੀ ਨੀ, ਛੋਟੀ ਡਾਂਗ ਇੱਕ ਲੱਭੀ। ਤੇ ਮੈਂ ਜਦੋਂ ਦੌੜਦਾ ਗਿਆ ਤੇ ਇੱਕ ਤਾਂ ਗੇਟ ਨੂੰ ਲਾਗ ਲੱਗਿਆ ਇਹਨਾਂ ਨੇ, ਤੇ ਮੈਂ ਬੈਲ ਮਾਰੀ ਤੇ ਕੁੜੀ ਮੈਨੂੰ ਕਹਿੰਦੀ ਕੌਣ ਆ, ਮੈਂ ਛੇਤੀ ਗੇਟ ਖੋਲ ਤੇਰੀ ਮਾਂ ਨੂੰ ਲੱਗ ਗਿਆ ਕਰੰਟ। ਛੇਤੀ ਛੇਤੀ ਗੇਟ ਖੋਲਿਆ ਤੇ ਕੁੜੀ ਵੀ ਦੌੜ ਕੇ ਗਈ, ਮੈਂ ਇਹਨੇ ਛਡਾਉਣ ਜਾਣਾ, ਫਿਰ ਉਹ ਤੋਂ ਤੇਜ਼ ਮੈਂ ਦੌੜਿਆ ਉਹਨੂੰ ਫੜ ਕੇ ਤੇ ਮੈਂ ਪਰਾਂ ਸੁੱਟਿਆ। ਮੈਂ ਵੀ ਤੂੰ ਨਾਲ ਨਾ ਲੱਗੀ ਤੇ ਤੂੰ ਵੀ ਨਾਲ ਲੱਗ ਜਾਣਾ, ਪਿੱਛੇ ਹੋ ਜਾ। ਫਿਰ ਤਦ ਤੱਕ ਨਾ ਲਾਈਟ ਚੱਲ ਗਈ, ਲਾਈਟ ਚੱਲ ਗਈ ਤੇ ਉਹ ਡਿੱਗੇ ਦੋਨੇ ਇੱਕ ਦੂਜੇ ਉੱਤੇ ਡਿੱਗੇ। ਫਿਰ ਇੱਕ ਮੁੰਡਾ ਕਰਿਆਨੇ ਵਾਲਾ ਉਹ ਵੀ ਮੇਰੇ ਲਾਗੇ ਆ ਗਿਆ, ਕਹਿੰਦਾ ਇਹਨਾਂ ਨੂੰ ਖਿੱਚੀ ਇੱਕ ਦੂਜੇ ਉੱਤੇ ਪੈ ਗਿਆ। ਫਿਰ ਮੈਂ ਚੈੱਕ ਕੀਤਾ ਅਰਥ, ਮੈਂ ਥੋੜ੍ਹਾ ਬਹੁਤਾ ਕਰੰਟ ਦੇਣੀ ਮੈਂ ਰਹਿ ਗਿਆ ਫੜ ਕੇ, ਤੇ ਫਿਰ ਮੈਂ ਇੱਕ ਦੂਜੇ ਨੂੰ ਥੱਲੇ ਲੁਆਇਆ ਜਾਣ ਕੇ ਇੱਕ ਦੂਜੇ ਉੱਤੇ ਪਈ ਤੇ ਉਹ ਤੱਕ ਹੋਸ਼ ਹੈ ਪੂਰੀ ਸੀ। ਤੇ ਬਾਹਰ ਬੂਹਰ ਫਿਰ ਲੱਗ ਸਕੇ ਆ ਕੇ ਬੰਦੇ ਮੇਰੇ ਬੂਲ ਸੈੱਟ ਕਰਦੀ ਰਹਿੰਦੀ ਹੈ ਮਾਂ ਦੀ, ਉੱਥੇ ਅੰਗੂਰਾਂ ਦੀ ਬੇਲ ਆ ਉਹ ਸੈੱਟ ਸੁੱਟ ਕਰਦੀ ਰਹਿੰਦੀ ਹੈ ਤੇ ਉਹਦੇ ਕੰਨ ਲੋਹੇ ਦੀ ਪੈਪ ਨਾਲ ਲੱਗੀ ਦੀ ਸੈੱਟ ਕਰਨ, ਤੇ ਉਹ ਲੋਹੇ ਦੀ ਪੈਪ ਲੱਗ ਗਈ ਹਾਈ ਵੋਲਟੇਜ ਤਾਰਾਂ ਨਾਲ ਲੱਗਿਆ ਤੇ ਕੁੜੀ ਛਡਾਉਣ ਗਈ ਉਹ ਵੀ ਨਾਲ ਲੱਗ ਗਈ। ਘਰਾਂ ਚ ਪੈ ਰਹੀ ਆ ਉਹ ਪੈਣੀ ਚਾਹੀਦੀ ਆ, ਉਹਦੇ ਨਾਲ ਬਹੁਤ ਬਚਾਅ ਹੋ ਜਾਂਦਾ, ਕਰੰਟ ਨੀ ਲੱਗਣ ਦਾ ਚਾਂਸ ਰਹਿੰਦਾ।